ਅਗੇ ਕੋਰਟ ਚ ਚੱਤੇ ਮਾਮਲੇ ਦੀ ਗੱਲ ਕਰੀਏ ਮਿੰਟੂ ਜੀ ਕਿ ਆਇਸ ਸਾਹਿਬ ਸਰਨੇਕ ਸਿਵਲ ਸਰਵੰਟ ਨੇ ਜੀ ਤਾਂ 3 ਡਾਬੇ ਉਹ ਵੀ ਇਸ ਵੇਲੇ ਕਸੂਤੇ ਘਰੇ ਹੋਏ ਨੇ ਜੀ ਕਿਨੇ ਹਾਂ ਜੀ ਦੇਖੋ ਮਾਨ ਸਾਹਿਬ ਹੋਇਆ ਕੀ ਹੈ ਕਿ ਜੈਸਲਮੇਰ ਦੇ ਵਿੱਚ ਇੱਕ ਏਰੀਆ ਪੈਂਦਾ ਸਾਗਰ ਏਰੀਆ ਜ਼ਿਲ੍ਹਾ ਹੈੱਡਕੁਆਟਰ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਮਤਲਬ ਕਿ ਜਿਹੜੇ ਪਾਕਿਸਤਾਨ ਚੋਂ ਝੜ ਕੇ ਆਏ ਨੇ ਨਾ ਹਿੰਦੂ ਗੁਸ਼ ਜਿਵੇਂ ਆਪਾਂ ਦੇਖਦੇ ਆਂ ਅਫਗਾਨਿਸਤਾਨ ਚ ਜਿਵੇਂ ਖਾਨਾ ਜੰਗੀ ਜ਼ਿਆਦਾ ਵਧੀ ਜੀ ਜਿਤਰਾ ਹੀ ਉਥੇ ਤਾਲਿਬਾਨ ਭਾਰੂ ਪਿਆ ਬਹੁਤ ਸਾਰੇ ਲੋਕ ਉਥੋਂ ਨਿਕਲ ਕੇ ਆਏ ਜੀ ਵਕ ਵਕ ਥਾਵਾਂ ਨੂੰ ਭੱਜੇ ਜਾਨ ਬਚਾਉਣ ਵਾਸਤੇ ਬੱਚੇ ਬਚਾਉਣ ਵਾਸਤੇ ਜੀ ਤਾਂ ਉਸਰਾ ਜਿਹੜੇ ਇੱਥੇ ਆਏ ਰਾਜਸਥਾਨ ਦੇ ਵਿੱਚ ਆ ਕੇ ਉਹਨਾਂ ਨੇ ਮਾੜਾ ਮੁੱਠਾ ਜਿਹੜਾ ਆਪਣਾ ਸੈਟਲਮੈਂਟ ਦਾ ਕੰਮ ਕੀਤਾ ਜੀ ਉਹ ਇੱਥੇ ਬੈਠੇ ਸਨ 135 ਦੇ ਕਰੀਬ ਉਹਨਾਂ ਦੀ ਗਿਣਤੀ ਦੱਸੀ ਜਾਂਦੀ ਹੈ ਜੀ ਇਸ ਬੀਬੀ ਅਫਸਰ ਦੇ ਆਰਡਰ ਤੇ ਉਹਨਾਂ ਦੇ ਜਿਹੜੇ ਮਾੜੇ ਮੋٹے ਆਸ਼ਿਆਨੇ ਸੀਗੇ ਮਾੜੇ ਮੋٹے ਟਿਕਾਣੇ ਸੀਗੇ ਰਹਿਣ ਵਾਸਤੇ ਉਹ ਮਲਿਆ ਮੀਟ ਦਿੱਤੇ ਗਏ ਘਰ ਜੀ ਜਦੋਂ ਮਲਿਆ ਮੀਟ ਦਿੱਤੇ ਇਹਨਾਂ ਕਰ ਤੇ ਫਿਰ ਉਸ ਤੋਂ ਬਾਅਦ ਪੈ ਗਿਆ ਉੱਥੇ ਰੌਲਾ ਜੀ ਜਿਹੜਾ ਮਨਿਸਟਰ ਸੀਗਾ ਸਬੰਧਤ ਮੰਤਰਾਲੇ ਦਾ ਉਹਨੇ ਆਫੀਸ਼ੀਅਲੀ ਬਿਆਨ ਦਿੱਤਾ ਕਿ ਭਾਈ ਤੁਸੀਂ ਇਹ ਬਹੁਤ ਗਲਤ ਕੀਤਾ ਜੀ ਤਾਂ ਸਾਰੀ ਗੱਲ ਆ ਗਈ ਹੁਣ ਬੀਬੀ ਡਾਬੀ ਤੇ ਬੀਬੀ ਤੀਨਾ ਡਾਬੀ ਉਸ ਵੇਲੇ ਚਰਚਾ ਚਾਈ ਸੀ ਜਦੋਂ ਤੁਹਾਨੂੰ ਯਾਦ ਹੋਵੇਗਾ 2015 ਬੈਚ ਦੇ ਵਿੱਚ ਜੋ ਸੈਕੰਡ ਟਾਪਰ ਸੀਗਾ ਅਤਰ ਦੇ ਨਾਲ ਮੈਰिज ਹੋਈ ਤੇ ਉਹ ਸ਼ਾਦੀ ਫਿਰ ਬਾਅਦ ਵਿੱਚ ਟੁੱਟ ਗਈ ਸੀ ਤਲਾਕ ਹੋ ਗਿਆ ਫਿਰ ਦੁਬਾਰਾ ਸ਼ਾਦੀ ਕੀਤੀ ਬੀਬੀ ਨੇ ਬਹੁਤ ਲਾਈਮ ਲਾਈਟ 'ਚ ਰਹੀ ਸੀਗੀ ਇਹ ਤਲਾਕ ਅਤੇ ਸ਼ਾਦੀ ਦੀ ਖਬਰ ਤਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਵੀ ਇਹ ਜਿਹੜੀ ਅਫਸਰ ਬੀਬੀ ਆ ਬੜੀ ਐਕਟਿਵ ਰਹਿੰਦੀ ਆ ਤਾਂ ਹੁਣ ਇਹ ਆ ਗਈ ਆ ਕਾਰਵਾਈ ਦੀ ਜ਼ੱਤ ਚ ਕਿਉਂਕਿ ਜੇ ਉੱਥੋਂ ਦਾ ਮੰਨ ਲਓ ਹੁਣ ਜੋ ਪ੍ਰਸ਼ਾਸਨ ਹੈ ਜਾਂ ਕਹਿ ਲਓ ਕਿ ਜੋ ਗਵਰਨਮੈਂਟ ਹੈ ਜਿਉ ਕਾਰਵਾਈ ਨਹੀਂ ਕਰਦੀ ਤਾਂ ਜਿਹੜੇ ਉਧਰੋਂ ਉਜੜ ਕੇ ਆਏ ਨੇ ਹਿੰਦੂ ਭਾਈਚਾਰੇ ਦੇ ਲੋਕ ਤੋਂ ਤੁਹਾਨੂੰ ਪਤਾ ਉਹ ਸੈਂਟੀਮੈਂਟ ਜਿਹੜਾ ਉਹ ਸਿੱਧਾ ਭਾਜਪਾ ਨੂੰ ਫਾਇਦਾ ਪਹੁੰਚਾ ਸਕਦਾ ਹੈ ਜੀ ਕਿ ਭਾਈ ਤੁਸੀਂ ਜਿਹੜੇ ਲੋਕ ਉੱਥੋਂ ਵਿਚਾਰੇ ਆਪਣੇ ਘਰ-ਬਾਰ ਲੁੱਟਾ ਕੇ ਸਾਰਾ ਕੁਝ ਉੱਜੜ ਕੇ ਉੱਥੋਂ ਉਜਾੜ ਕੇ ਉਹਨਾਂ ਨੂੰ ਇੱਧਰ ਭੇਜ ਦਿੱਤਾ ਤੇ ਉਹ ਇੱਥੇ ਆਏ ਨੇ ਤੇ ਤੁਸੀਂ ਜੇ ਕੋਈ ਮਾੜਾ-ਮੋਟਾ ਉਹਨਾਂ ਨੇ ਸਿਰ ਤੇ ਕੋਈ ਸ਼ਤ ਦਾ ਬੰਦੋਬਸਤ ਕੀਤਾ ਤੇ ਤੁਸੀਂ ਉਹ ਵੀ ਖਤਮ ਕਰ ਦਿੱਤਾ ਜੀ ਸੋ ਇਸ ਕਰਕੇ ਹੁਣ ਬਿਆਨ ਆਇਆ ਉੱਥੋਂ ਦੇ ਮੰਤਰੀ ਦਾ ਰਾਜਸਥਾਨ ਦੇ ਮੰਤਰੀ ਦਾ ਕਿ ਜਿਨ੍ਹਾਂ ਵੀ ਅਫਸਰਾਂ ਨੇ ਕੀਤਾ ਜੋ ਗਲਤ ਹੈ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਸੋ ਹੋ ਸਕਦਾ ਹੈ ਕਿ ਬੀਬੀ ਡਾਬੀ ਤੇ ਵੀ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਜਾਵੇ ਜੀ ਜੀ ਇਹ ਮਸਲਾ ਹੈ ਜੀ ਜੀ ਕਿ ਖੋਰ ਚਰਚੇਤ ਮਾਮਲੇ ਦੀ ਗੱਲ ਕਰੀਏ ਮਿੰਟੂ ਜੀ ਕਿ ਆਏ ਸਾਬ ਸਰਨੇਕ ਸਿਵਲ ਸਰਵੰਟ ਨੇ ਜੀ ਤਾਂ ਤੀਨਾ ਡਾਬੀ ਉਹ ਵੀ ਇਸ ਵੇਲੇ ਕਸੂਤੇ ਘਰੇ ਹੋਏ ਨੇ ਜੀ ਕਿਨੇ ਹਾਂ ਜੀ ਦੇਖੋ ਮਾਨ ਸਾਹਿਬ ਹੋਇਆ ਕੀ ਹੈ ਕਿ ਜੈਸਲਮੇਰ ਦੇ ਵਿੱਚ ਇੱਕ ਏਰੀਆ ਪੈਂਦਾ ਸਾਗਰ ਏਰੀਆ ਜ਼ਿਲ੍ਹਾ ਹੈੱਡਕੁਆਰਟਰ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਮਤਲਬ ਕਿ ਜਿਹੜੇ ਪਾਕਿਸਤਾਨ ਛੁੱਟ ਕੇ ਆਏ ਨੇ ਨਾ ਹਿੰਦੂ ਗੁਸ਼ ਜਿਵੇਂ ਆਪਾਂ ਦੇਖਦੇ ਆਂ ਅਫਗਾਨਿਸਤਾਨ ਚ ਜਿਵੇਂ ਖਾਨਾ ਜੰਗੀ ਜ਼ਿਆਦਾ ਵਧੀ ਜੀ ਜਿਤਰਾ ਹੀ ਉੱਥੇ ਤਾਲਿਬਾਨ ਭਾਰੂ ਪਿਆ ਬਹੁਤ ਸਾਰੇ ਲੋਕ ਉੱਥੋਂ ਨਿਕਲ ਕੇ ਆਏ ਜੀ ਵਕ ਵਕ ਥਾਵਾਂ ਨੂੰ ਭੱਜੇ ਜਾਨ ਬਚਾਉਣ ਵਾਸਤੇ ਬੱਚੇ ਬਚਾਉਣ ਵਾਸਤੇ ਜੀ ਤਾਂ ਉਸਰਾ ਜਿਹੜੇ ਇੱਥੇ ਆਏ ਰਾਜਸਥਾਨ ਦੇ ਵਿੱਚ ਆ ਕੇ ਉਹਨਾਂ ਨੇ ਮਾੜਾ ਮੋਟਾ ਜਿਹੜਾ ਆਪਣਾ ਸੈਟਲਮੈਂਟ ਦਾ ਕੰਮ ਕੀਤਾ ਜੀ ਉਹ ਉੱਥੇ ਬੈਠੇ ਸਨ 135 ਦੇ ਕਰੀਬ ਉਹਨਾਂ ਦੀ ਗਿਣਤੀ ਦੱਸੀ ਜਾਂਦੀ ਹੈ ਜੀ ਇਸ ਬੀਬੀ ਅਫਸਰ ਦੇ ਆਰਡਰ ਤੇ ਉਹਨਾਂ ਦੇ ਜਿਹੜੇ ਮਾੜੇ ਮੋٹے ਆਸ਼ਿਆਨੇ ਸੀਗੇ ਮਾੜੇ ਮੋٹے ਟਿਕਾਣੇ ਸੀਗੇ ਰਹਿਣ ਵਾਸਤੇ ਉਹ ਮਲਿਆ ਮੀਟ ਦਿੱਤੇ ਗਏ ਘਰ ਜੀ ਜਦੋਂ ਮਲਿਆ ਮੀਟ ਦਿੱਤੇ ਇਹਨਾਂ ਕਰ ਤੇ ਫਿਰ ਉਸ ਤੋਂ ਬਾਅਦ ਪੈ ਗਿਆ ਉੱਥੇ ਰੌਲਾ ਜੀ ਜਿਹੜਾ ਮਨਿਸਟਰ ਸੀਗਾ ਸਬੰਧਤ ਮੰਤਰਾਲੇ ਦਾ ਉਹਨੇ ਆਫੀਸ਼ੀਅਲੀ ਬਿਆਨ ਦਿੱਤਾ ਕਿ ਭਾਈ ਤੁਸੀਂ ਇਹ ਬਹੁਤ ਗਲਤ ਕੀਤਾ ਜੀ ਤਾਂ ਸਾਰੀ ਗੱਲ ਆ ਗਈ ਹੁਣ ਬੀਬੀ ਡਾਬੀ ਤੇ ਬੀਬੀ ਤੀਨਾ ਡਾਬੀ ਉਸ ਵੇਲੇ ਚਰਚਾ ਚਾਈ ਸੀ ਜਦੋਂ ਤੁਹਾਨੂੰ ਯਾਦ ਹੋਵੇਗਾ 2015 ਬੈਚ ਦੇ ਵਿੱਚ ਜੋ ਸੈਕੰਡ ਟਾਪਰ ਸੀਗਾ ਅਤਰ ਦੇ ਨਾਲ ਮੈਰिज ਹੋਈ ਤੇ ਉਹ ਸ਼ਾਦੀ ਫਿਰ ਬਾਅਦ ਚ ਟੁੱਟ ਗਈ ਸੀ ਤਲਾਕ ਹੋ ਗਿਆ ਫਿਰ ਦੁਬਾਰਾ ਸ਼ਾਦੀ ਕੀਤੀ ਬੀਬੀ ਨੇ ਬਹੁਤ ਲਾਈਮ ਲਾਈਟ ਚ ਰਹੀ ਸੀਗੀ ਇਹ ਤਲਾਕ ਅਤੇ ਸ਼ਾਦੀ ਦੀ ਖਬਰ ਤਾ ਵੈਸੇ ਵੀ ਜੇ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੇ ਵੀ ਇਹ ਜਿਹੜੀ ਅਫਸਰ ਬੀਬੀ ਆ ਬੜੀ ਐਕਟਿਵ ਰਹਿੰਦੀ ਆ ਤਾਂ ਹੁਣ ਇਹ ਆ ਗਈ ਆ ਕਾਰਵਾਈ ਦੀ ਸੱਦ ਚ ਕਿਉਂਕਿ ਜੇ ਉੱਥੋਂ ਦਾ ਮੰਨ ਲਓ ਹੁਣ ਜੋ ਪ੍ਰਸ਼ਾਸਨ ਹੈ ਜਾਂ ਕਹਿ ਲੋ ਕਿ ਜੋ ਗਵਰਨਮੈਂਟ ਹੈ ਜਿਉਂ ਕਾਰਵਾਈ ਨਹੀਂ ਕਰਦੀ ਤਾਂ ਜਿਹੜੇ ਉਧਰੋਂ ਉੱਜੜ ਕੇ ਆਏ ਨੇ ਹਿੰਦੂ ਭਾਈਚਾਰੇ ਦੇ ਲੋਕ ਤੋਂ ਤੁਹਾਨੂੰ ਪਤਾ ਉਹ ਸੈਂਟੀਮੈਂਟ ਜਿਹੜਾ ਉਹ ਸਿੱਧਾ ਭਾਜਪਾ ਨੂੰ ਫਾਇਦਾ ਪਹੁੰਚਾ ਸਕਦਾ ਹੈ ਜੀ ਕਿ ਭਾਈ ਤੁਸੀਂ ਜਿਹੜੇ ਲੋਕ ਉੱਥੋਂ ਵਿਚਾਰੇ ਆਪਣੇ ਘਰ-ਬਾਰ ਲੁਟਾ ਕੇ ਸਾਰਾ ਕੁਝ ਉੱਜੜ ਕੇ ਉੱਥੋਂ ਉਜਾੜ ਕੇ ਉਹਨਾਂ ਨੂੰ ਇੱਧਰ ਭੇਜ ਦਿੱਤਾ ਹੈ ਤੇ ਉਹ ਇੱਥੇ ਆਏ ਨੇ ਤਾਂ ਤੁਸੀਂ ਜੇ ਕੋਈ ਮਾੜਾ-ਮੋਟਾ ਉਹਨਾਂ ਨੇ ਸਿਰ ਤੇ ਕੋਈ ਸ਼ਤ ਦਾ ਬੰਦੋਬਸਤ ਕੀਤਾ ਤੇ ਤੁਸੀਂ ਉਹ ਵੀ ਖਤਮ ਕਰ ਦਿੱਤਾ ਜੀ ਸੋ ਇਸ ਕਰਕੇ ਹੁਣ ਬਿਆਨ ਆਇਆ ਉੱਥੋਂ ਦੇ ਮੰਤਰੀ ਦਾ ਰਾਜਸਥਾਨ ਦੇ ਮੰਤਰੀ ਦਾ ਕਿ ਜਿਨ੍ਹਾਂ ਵੀ ਅਫਸਰਾਂ ਨੇ ਕੀਤਾ ਜੋ ਗਲਤ ਹੈ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਜੋ ਹੋ ਸਕਦਾ ਹੈ ਕਿ ਬੀਬੀ ਡਾਬੀ ਤੇ ਵੀ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਜਾਵੇ ਜੀ ਜੀ ਇਹ ਮਸਲਾ ਹੈ ਜੀ ਜੀ ਜੀ